ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ। ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸਾਂਝੀ ਕਰਾਂਗਾ ਕਿ ਜੋ ਚਿਰਾਗ ਰੋਸ਼ਨ ਕੀਤੇ ਜਾਂਦੇ ਨੇ ਉਹ ਚਿਰਾਗ ਸ਼ਾਮ ਨੂੰ 4 ਵਜੇ ਹੀ ਕਿਉਂ ਰੋਸ਼ਨ ਕੀਤੇ ਜਾਂਦੇ ਨੇ। ਅਕਸਰ ਆਪਾਂ ਦੇਖਦੇ ਹਾਂ ਕੋਈ ਮੇਲਾ ਹੋਵੇ, ਕੋਈ ਭੰਡਾਰਾ ਹੋਵੇ, ਕਿਤੇ ਵੀ ਆਪਾਂ ਕੁਝ ਪੜ੍ਹੀਏ ਤਾਂ ਉੱਥੇ ਲਿਖਿਆ ਹੁੰਦਾ ਕਿ ਚਿਰਾਗ ਰੋਸ਼ਨ 4 ਵਜੇ ਕੀਤੇ ਜਾਣਗੇ। 4 ਵਜੇ ਹੀ ਚਿਰਾਗ ਕਿਉਂ ਰੋਸ਼ਨ ਕੀਤੇ ਜਾਂਦੇ ਨੇ? ਚਿਰਾਗਾਂ ਦਾ ਜਿਹੜਾ ਸਮਾਂ ਹੈ ਉਹ ਸ਼ਾਮ ਦਾ 4 ਵਜੇ ਦਾ ਹੀ ਕਿਉਂ ਹੈ? ਇਹਦੇ ਬਾਰੇ ਕਈ ਦੋਸਤ ਪੁੱਛ ਰਹੇ ਸੀ, ਉਹ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਆਪਾਂ ਸਾਂਝਾ ਕਰਾਂਗੇ ਕਿ ਚਿਰਾਗ ਜਿਹੜਾ ਉਹ ਸ਼ਾਮ ਨੂੰ ਹੀ ਕਿਉਂ ਕੀਤਾ ਜਾਂਦਾ। ਕਦੀ ਵੀ ਕਿਸੇ ਵੀ ਦਰਬਾਰ ਦੇ ਉੱਪਰ ਜਾਂ ਘਰ ਦੇ ਵਿੱਚ ਲਾਈਏ ਜਾਂ ਕਿਤੇ ਵੀ ਆਪਾਂ ਚਿਰਾਗ ਸਵੇਰ ਦੇ ਸਮੇਂ ਕਦੀ ਨਹੀਂ ਰੋਸ਼ਨ ਕਰਦੇ, ਸ਼ਾਮਾਂ ਦਾ ਹੀ ਸਮਾਂ ਹੈ ਚਿਰਾਗਾਂ ਦਾ। ਉਹਦੇ ਵਿੱਚ ਇੱਕ ਕਾਰਨ ਹੈ, ਉਸ ਕਾਰਨ ਕਰਕੇ ਹੀ ਚਿਰਾਗ ਜਿਹੜੇ ਸ਼ਾਮ ਨੂੰ ਰੋਸ਼ਨ ਕੀਤੇ ਜਾਂਦੇ ਨੇ। ਉਹ ਕਾਰਨ ਕਿਹੜਾ ਹੈ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਸੋ ਆਓ ਅੱਜ ਦਾ ਇਹ ਪੈਗਾਮ ਆਪਾਂ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਹੁਣ ਆਪਾਂ ਦੇਖਦੇ ਹਾਂ ਕਿ ਚਿਰਾਗ ਰੋਸ਼ਨ ਕਰਨਾ, ਜਿਹੜੇ ਪੀਰ ਫਕੀਰ ਨੇ ਇਹਨਾਂ ਦੀਆਂ ਕੁਝ ਨਿਸ਼ਾਨੀਆਂ ਨੇ। ਇੱਕ ਤਾਂ ਚਿਰਾਗ ਹੋ ਗਿਆ, ਆਪਾਂ ਕਿਸੇ ਵੀ ਦਰਬਾਰ ਦੇ ਵਿੱਚ ਚਿਰਾਗ ਰੋਸ਼ਨ ਕਰਦੇ ਹਾਂ ਜਾਂ ਉਹਨਾਂ ਦੇ ਪੀਰਾਂ ਦੇ ਨਾਮ ਦਾ ਝੰਡਾ ਚੜ੍ਹਾਉਂਦੇ ਹਾਂ, ਚਾਦਰ ਚੜ੍ਹਾਉਂਦੇ ਹਾਂ, ਨਿਆਜ਼ ਦਿੰਦੇ ਹਾਂ। ਇਹ ਜੇ 4 ਨਿਸ਼ਾਨੀਆਂ ਕਿਤੇ ਹੁਣ ਆਪਾਂ ਨੂੰ ਲੱਗਦਾ ਪਤਾ ਕਿ ਦਰਬਾਰ ਪੀਰਾਂ ਦਾ ਹੈ, ਚਿਰਾਗ ਪਏ ਹੋਣ, ਝੰਡਾ ਹੋਵੇ, ਆਪਾਂ ਨੂੰ ਲੱਗਦਾ ਚਿਰਾਗ ਜਿਹੜੇ ਪੀਰਾਂ ਦੇ ਨੇ, ਨਿਸ਼ਾਨ ਪੀਰਾਂ ਦਾ ਹੈ। ਹਰੇ ਰੰਗ ਤੋਂ ਜ਼ਿਆਦਾ ਪਛਾਣ ਹੋ ਜਾਂਦੀ ਹੈ ਕਿ ਜਿਹੜਾ ਹਰਿਆਲੀ ਇਹ ਪੀਰਾਂ ਦੀ ਹੈ। ਤੋ ਚਿਰਾਗਾਂ ਦਾ ਰੋਸ਼ਨ ਕਰਨ ਦਾ ਸਮਾਂ ਸ਼ਾਮ ਦੇ 4 ਵਜੇ ਦਾ ਕਿਉਂ ਹੈ? ਕਿਉਂਕਿ ਜੋ ਸੂਫੀ ਮਤ ਹੈ, ਜੋ ਫਕਰ ਫਕੀਰੀ ਹੈ, ਇਹਨਾਂ ਦਾ ਜਿਹੜਾ ਦਿਨ ਹੈ ਉਹ ਸ਼ਾਮ ਦੇ 4 ਵਜੇ ਸ਼ੁਰੂ ਹੁੰਦਾ। ਦੁਨੀਆ ਜਿਹੜੀ ਹੈ ਉਹ ਇਸ ਦਿਨ ਦੇ ਵਿੱਚ ਜਾਗਦੀ ਹੈ ਜਿੱਥੇ ਆਪਾਂ ਜਾਗਦੇ ਹਾਂ। ਜਿਹੜੇ ਫਕਰ ਹੈ ਉਹ ਰਾਤ ਨੂੰ ਜਾਗਦੇ ਨੇ, ਜਾਂ ਕਹਿੰਦੇ ਨੇ ਕਿ ਲੋਕ ਸੁੱਤੇ ਨੇ ਫਕੀਰ ਰਹਿੰਦੇ ਜਾਗਦੇ, ਅੱਲਾ ਨਾਲ ਗੱਲਾਂ ਹੁੰਦੀਆਂ। ਉਹਦਾ ਕਾਰਨ ਕੀ ਹੈ? ਜਿਹੜਾ ਸੂਫੀ ਮਤ ਹੈ, ਫਕਰ ਫਕੀਰੀ ਹੈ, ਜਿਹੜਾ ਫਕਰ ਹੈ, ਫਕਰ ਦੇ ਵਿੱਚ ਫਕਰ ਦਾ ਰਾਹ, ਇਹਦੇ ਵਿੱਚ ਸ਼ਾਮ ਦੇ 4 ਵਜੇ ਜਿਹੜੇ ਚਿਰਾਗ ਉਹ ਰੋਸ਼ਨ ਕਰਨ ਦਾ ਕਾਰਨ ਇਹ ਕਿ ਦਿਨ ਸ਼ਾਮ ਨੂੰ ਚੜ੍ਹਦਾ 4 ਵਜੇ ਇਹਨਾਂ ਦਾ, ਅਤੇ ਜਿਹੜੇ ਫਕੀਰ ਦਿਨੇ ਸਾਰਾ ਦਿਨ ਸੁੱਤੇ ਰਹਿੰਦੇ ਨੇ ਤਾਂ ਰਾਤ ਨੂੰ ਫਿਰ 4 ਵਜੇ ਤੋਂ ਬਾਅਦ ਚਿਰਾਗ ਰੋਸ਼ਨ ਕਰਕੇ ਆਪਣੀ ਬੰਦਗੀ ਦੀ ਸ਼ੁਰੂਆਤ ਕਰਦੇ ਨੇ। 4 ਵਜੇ ਚਿਰਾਗ ਰੋਸ਼ਨ ਕਰਕੇ ਆਪਾਂ ਦੁਆ ਬੇਨਤੀ ਤਾਰ ਪੜ੍ਹ ਕੇ, ਦੁਆ ਬੇਨਤੀ ਫਰਿਆਦ ਕਰਕੇ, ਅਤੇ ਰਾਤ ਨੂੰ ਫਿਰ ਜਿਹੜਾ ਉਹ ਜ਼ਿਕਰ ਕੀਤਾ ਜਾਂਦਾ ਮਾਲਕ ਦਾ। ਕੋਈ 3 ਵਜੇ ਬਹਿੰਦਾ, ਕੋਈ 2 ਵਜੇ ਉੱਠਦਾ, 12 ਵਜੇ ਤੋਂ ਬਾਅਦ ਜਦੋਂ ਮਰਜ਼ੀ ਫਿਰ ਜਿਹੜੀ ਫਕੀਰੀ ਆ ਉਹਨਾਂ ਦਾ ਜ਼ਿਕਰ ਸ਼ੁਰੂ ਹੋ ਜਾਂਦਾ। ਅਤੇ ਸਰ ਕਿ ਅਸੀਂ ਵੀ ਜਦੋਂ, ਕਿਉਂਕਿ ਇੱਕ ਤਾਂ ਉਹਦੇ ਵਿੱਚ ਕਈ ਕਾਰਨ ਹੈ, ਇੱਕ ਤਾਂ ਜਦੋਂ ਆਪਾਂ ਤੜਕੇ 3 ਵਜੇ ਉੱਠ ਕੇ ਜਾਂ 4 ਵਜੇ ਉੱਠ ਕੇ ਰੱਬ ਦੀ ਬੰਦਗੀ ਕਰਦੇ ਹਾਂ, ਇੱਕ ਤਾਂ ਉਹ ਦੁਨੀਆਦਾਰੀ ਜਿਹੜੀ ਹੈ ਸਾਰੀ ਸੁੱਤੀ ਹੁੰਦੀ ਹੈ, ਅਤੇ ਜਿਹਦਾ ਆਪਾਂ ਕਹਿ ਦਈਏ ਕਿ ਰਸ਼ ਘੱਟ ਹੁੰਦਾ ਸ਼ੋਰ ਸ਼ਰਾਬੇ ਦਾ। ਅਤੇ ਹੁਣ ਕਈ ਵਾਰੀ ਆਪਾਂ ਦੇਖਦੇ ਨਾ ਕਿ ਜੇ ਆਪਣਾ ਘਰ ਕਿਤੇ ਰੋਡ ਦੇ ਲਾਗੇ ਹੋਵੇ ਅਤੇ ਦਿਨੇ ਜਿੰਨੀਆਂ ਮਰਜ਼ੀ ਗੱਡੀਆਂ ਲੰਘੀ ਜਾਵੇ ਆਪਾਂ ਨੂੰ ਸੁਣਦੀਆਂ, ਰਾਤ ਨੂੰ ਇੱਕ ਵੀ ਗੱਡੀ ਲੰਘੇ ਤਾਂ ਆਪਾਂ ਨੂੰ ਘਰ ਬੈਠੇ ਸੁਣਦੀ ਹੈ ਕਿ ਕੋਈ ਗੱਡੀ ਲੰਘ ਕੇ ਗਈ, ਕਿਉਂਕਿ ਬਾਕੀ ਜਿੰਨੇ ਕਾਰਖਾਨੇ ਜਿੰਨੀਆਂ ਮਸ਼ੀਨਾਂ ਸਾਰਾ ਕੁਝ ਬੰਦ ਹੋ ਜਾਂਦਾ ਅਤੇ ਸ਼ਾਂਤੀ ਹੁੰਦੀ ਹੈ ਅਤੇ ਉਦੋਂ ਮਨ ਜਿਹੜਾ ਉਹ ਵੱਧ ਲੱਗਦਾ। ਦੂਜੇ ਪਾਸੇ ਕੀ ਹੁੰਦਾ ਕਿ ਦਿਨ ਦੇ ਰੌਲੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਫਰਿਆਦ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹ ਸਾਰੀ ਵਾਈਬ੍ਰੇਸ਼ਨ ਜਿਹੜੀ ਉੱਪਰ ਨੂੰ ਜਾ ਰਹੀ ਹੈ। ਤੜਕੇ 3 ਵਜੇ ਕੋਈ ਵਿਰਲਾ ਹੀ ਉੱਠਦਾ, ਜਿਹੜਾ ਕੋਈ ਉੱਠਦਾ ਹੈ ਅਤੇ ਉਹਦੀ ਫਿਰ ਜਿਹੜੀ ਹੈ ਉਹ ਤਰੰਗ ਹੈ ਉਹ ਜਦੋਂ ਜਾਂਦੀ ਹੈ ਅਤੇ ਫਿਰ ਆਪਣੀ ਜਿਹੜੀ ਦੁਆ ਬੇਨਤੀ ਕਬੂਲ ਹੋਣ ਦੇ ਚਾਂਸ ਉਹ ਵੱਧ ਜਾਂਦੇ ਨੇ। ਤੋ ਇਸ ਕਰਕੇ ਫਕਰ ਦੇ ਵਿੱਚ ਜਿਹੜਾ ਸ਼ਾਮ ਦਾ ਸਮਾਂ ਉਹ ਚਿਰਾਗਾਂ ਦਾ ਰੱਖਿਆ ਗਿਆ। ਸਵੇਰ ਨੂੰ ਕਦੀ ਚਿਰਾਗ ਰੋਸ਼ਨ ਨਹੀਂ ਕਰਦਾ ਕੋਈ ਵੀ,
ਨਾ ਦੁਪਹਿਰ ਨੂੰ ਕੋਈ ਰੋਸ਼ਨ ਕਰਦਾ, 2 ਵਜੇ ਤੋਂ ਬਾਅਦ ਜਿਹੜਾ ਸਮਾਂ ਚਿਰਾਗਾਂ ਦਾ ਸ਼ੁਰੂ ਹੋ ਜਾਂਦਾ, ਜਦੋਂ ਆਪਾਂ ਕਿਤੇ ਦਰਬਾਰ 'ਤੇ ਕੋਈ ਲੰਗਰ ਭੰਡਾਰਾ ਸ਼ੁਰੂ ਕਰਨਾ, ਫਿਰ ਆਪਾਂ ਕਈ ਵਾਰੀ 2 ਵਜੇ ਤੋਂ ਬਾਅਦ ਚਿਰਾਗ ਕਰਕੇ ਵੀ ਆਪਾਂ ਸਜਦਾ ਸਲਾਮ ਕਰਕੇ ਲੰਗਰ ਸ਼ੁਰੂ ਕਰ ਲੈਂਦੇ ਹਾਂ, ਨਹੀਂ ਤਾਂ ਅਕਸਰ ਸ਼ਾਮ ਨੂੰ 4 ਵਜੇ ਜਿਹੜੇ ਚਿਰਾਗਾਂ ਦਾ ਸਹੀ ਟਾਈਮ ਹੈ, 4 ਵਜੇ ਤੋਂ ਬਾਅਦ ਫਿਰ ਜਦੋਂ ਮਰਜ਼ੀ ਆਪਾਂ 7 ਵਜੇ ਤੱਕ ਚਿਰਾਗ ਕਰਦੇ ਰਹੀਏ, ਫਿਰ ਹੋ ਜਾਂਦਾ 4 ਵਜੇ ਤੋਂ ਬਾਅਦ ਦੀ ਗੱਲ। ਇਹਦੇ ਪਿੱਛੇ ਕਾਰਨ ਇਹੀ ਹੈ ਕਿ ਫਕਰ ਦਾ ਜਿਹੜਾ ਸਮਾਂ ਹੈ ਉਹ 4 ਵਜੇ ਦਾ ਹੈ, ਫਕੀਰੀ ਜਿਹੜੀ ਹੈ ਸ਼ਾਮ ਦੀ ਸ਼ੁਰੂ ਹੁੰਦੀ ਹੈ, ਅਤੇ ਰਾਤ ਨੂੰ ਫਿਰ ਫਕੀਰ ਜਿਹੜੇ ਜਾਗਦੇ ਨੇ ਆਪਣੇ ਮਾਲਕ ਦੇ ਨਾਲ, ਆਪਣੀ ਰੂਹ ਨੂੰ ਜੋੜਦੇ ਨੇ, ਜ਼ਿਕਰ ਕਰਦੇ ਨੇ, ਬੰਦਗੀ ਕਰਦੇ ਨੇ, ਤੋ ਦੁਆ ਸਲਾਮ ਭੇਜਦੇ ਨੇ ਸਰਕਾਰ ਦੇ ਨਾਲ, ਗੱਲਾਂ ਕਰਦੇ ਨੇ, ਗੁਫ਼ਤਗੂ ਕਰਦੇ ਨੇ ਆਪਣੀ। ਤੋ ਇਸ ਲਈ ਜਿਹੜਾ ਚਿਰਾਗ ਹੈ ਉਹ ਸ਼ਾਮ ਦੇ 4 ਵਜੇ ਰੋਸ਼ਨ ਕੀਤੇ ਜਾਂਦੇ ਨੇ। ਸੋ ਆਸ ਕਰਦਾ ਕਿ ਆਪ ਨੂੰ ਅੱਜ ਦੇ ਇਸ ਪੈਗਾਮ ਵਿੱਚ ਕੁਝ ਸਿੱਖਣ ਮਿਲਿਆ ਹੋਵੇਗਾ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ, ਤਦ ਤੱਕ ਲਈ ਹੁਕਮ ਮੁਰਸ਼ਦ, ਸੱਚ ਮੁਰਸ਼ਦ।